ਅੱਛਾ ਜਦੋਂ ਬਾਬੇ ਫਰੀਦ ਸਾਹਿਬ ਦਾ ਕਿਤੇ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਜਿਸ ਦਿਨ ਬਣਾਇਆ ਜਾਂਦਾ ਨਾ ਪੰਥ 'ਚ ਸਤਸੰਗਤ ਇਹ ਜੇ ਜਦੋਂ ਗੁਰਬਾਣੀ ਅਸੀਂ ਅਰਥਾਂ ਸਹਿਤ ਨਾ ਨਾ ਪੜੀ ਕੇਵਲ ਸਹਿਬਾਂ ਨੇ ਬਾਣੀ 'ਚ ਵੀ ਕਬੀਰ ਸਾਹਿਬ ਦਾ ਸ਼ਬਦ ਹੈ ਨਾ ਲੋਕ ਜਣਾਏ ਗੀਤ ਵੀ ਜੇ ਤੈਨੂੰ ਤਰਜਾਂ ਤੱਕ ਸੀਮਤ ਰੱਖਿਆ ਫਿਰ ਤੇ ਇੱਕ ਗੀਤ ਹੀ ਨਹੀਂ ਪਰ ਸਤਿਗੁਰੂ ਕਹਿੰਦੇ ਇਹ ਤਾਂ ਬ੍ਰਹਮ ਵਿਚਾਰੇ ਬ੍ਰਹਮ ਦੀ ਵਿਚਾਰ ਕਰ ਰਹੇ ਇਹਨੂੰ ਇਹਨੂੰ ਕੇਵਲ ਟਿਊਨਾ ਤੱਕ ਕੇਵਲ ਸੰਗੀਤ ਦੀਆਂ ਉਹਨਾਂ ਤਰਜਾਂ ਤੱਕ ਨਹੀਂ ਵੀ ਉਹਨੂੰ ਫਿਲਮੀ ਗਾਣਿਆਂ ਤੇ ਚੜਾ ਚੜਾ ਕੇ ਜਾਂ ਹੋਰ ਕਿਸੇ ਢੰਗ ਨਾਲ ਪਸੂਣੀ ਨਹੀਂ ਗੁਰਬਾਣੀ ਨੂੰ ਜਦੋਂ ਅਸੀਂ ਗਾਇਆ ਵੀ ਜਾਂਦਾ ਨਾ ਤੇ ਜਿਹੜੇ ਸਰੋਤੇ ਤਰੂ ਤੱਕ ਜਾ ਕੇ ਇਹਨੂੰ ਇਹਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਦੇ ਤੇ ਫੇਰ ਪਤਾ ਲੱਗਦਾ ਵੀ ਬਾਣੀ ਦੇ ਤਿਆਰਥ ਹੀ ਹੋਰ ਨੇ ਹੁਣ ਤੁਸੀਂ ਵੇਖਿਓ ਜਦੋਂ ਬਾਬੇ ਫਰੀਦ ਸਾਹਿਬ ਦਾ ਜਨਮ ਦਿਹਾੜਾ ਹੁੰਦਾ ਉਹਦਣ ਅਮੂਮਨ ਤੌਰ ਤੇ ਇੱਕ ਦੂਜੇ ਨੂੰ ਆ ਜਿਹੜਾ ਸੋਸ਼ਲ ਮੀਡੀਆ ਬਈ ਮੋਬਾਈਲ ਦੇ ਜਰੀ ਹੈ ਨਾ ਮੈਸੇਜ ਕਿਤੇ ਜਾਂਦੇ ਉਹ ਚ ਪਤਾ ਕੀ ਕੀਤਾ ਬਾਬੇ ਫਰੀਦ ਸਾਹਿਬ ਦਾ ਇੱਕ ਇੱਕ ਨਾ ਚੇਰਾ ਧਰਤੀ ਦੇ ਉੱਤੇ ਬਜ਼ੁਰਗ ਇੱਕ ਬਣਾਇਆ ਉਹਦੇ ਥਾਂ ਥਾਂ ਤੇ ਸਰੀਰ ਦੇ ਉੱਤੇ ਨਾ ਜ਼ਖਮ ਨੇ ਤੇ ਕੋਲ ਇੱਕ ਕਾਗ ਬਣਾਇਆ ਹੋਇਆ ਕਾਗ ਤੇ ਵਿੱਚ ਪੰਗਤੀ ਲਿਖੀ ਹੋਈ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਹੈ ਅੱਛਾ ਉਥੇ ਸਭ ਤੇ ਕੀਤਾ ਜਾਂਦਾ ਵੀ ਬਾਬਾ ਫਰੀਦ ਸਾਹਿਬ ਜਿਹੜੇ ਸੀ ਨਾ ਵਿਰਧ ਹੋ ਗਏ ਇਸਾਕੀਆਂ ਵੀ ਸੁਣਾਈਆਂ ਦੁਨੀਆ ਸੁਣਾਈਆਂ ਸਾਕੀਆਂ ਵੀ ਵਿਰਧ ਹੋ ਗਏ ਤੇ ਜੰਗਲ ਚ ਪਏ ਹੋਏ ਸੀ ਕਾਗ ਨੇ ਟੰਡਦੇ ਚੁੰਡਦੇ ਸਾਰਾ ਸਰੀਰ ਖਾਤਾ ਜਦੋਂ ਅੱਖਾਂ ਖਾਨ ਲੱਗੇ ਤੇ ਫਰੀਦ ਸਾਹਿਬ ਕਹਿੰਦੇ ਭੋਲਿਆ ਅੱਖਾਂ ਤੇ ਰਹਿਣ ਦੇ ਅਜੇ ਮੈਂ ਰੱਬ ਵੇਖਣਾ ਸਤਸੰਗਤ ਪਹਿਲੀ ਗੱਲ ਗੁਰਬਾਣੀ ਦੇ ਅਰਥ ਹੀ ਗੁਰਬਾਣੀ ਵਿੱਚੋਂ ਨੇ ਸਾਹਿਬ ਕਹਿੰਦੇ ਗੁਰ ਕੀ ਬਾਣੀ ਗੁਰ ਤੇ ਜਾਂਦੀ ਉਹ ਗੁਰਬਾਣੀ ਦੇ ਵਿੱਚ ਇਹਦੇ ਅਰਥ ਲੱਭੀ ਇਹਦੇ ਅਰਥ ਗੁਰਬਾਣੀ 'ਚ ਕੀ ਨੇ ਸਭ ਤੋਂ ਪਹਿਲੀ ਗੱਲ ਵੀ ਫਰੀਦ ਸਾਹਿਬ ਜਿਹੜੇ ਸੀ ਉਹਨਾਂ ਦਾ ਪਰਿਵਾਰ ਸੀ ਉਹਨਾਂ ਦੇ ਬੱਚੇ ਸੀ ਇਹ ਥੋੜਾ ਜਿਹਾ ਫਰੀਦ ਸਾਹਿਬ ਜੰਗਲ 'ਚ ਜਾ ਕੇ ਸੁੱਤੇ ਹੋਏ ਸੀ ਜਿਹੜੇ ਲੋਕੀ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਸੀ ਨਾ ਉਹਨਾਂ ਲੋਕਾਂ ਦੀ ਵਿਰੋਧਤਾ ਸਭ ਤੋਂ ਜ਼ਿਆਦਾ ਫਰੀਦ ਸਾਹਿਬ ਨੇ ਕੀਤੀ ਸ਼ਬਦ ਹਨ ਫਰੀਦ ਸਾਹਿਬ ਦਾ ਫਰੀਦਾ ਜੰਗਲ ਜੰਗਲ ਕੇ ਆਪ ਹੈ ਅੱਛਾ ਜਿਹੜੇ ਫਰੀਦ ਦੁਨੀਆ ਨੂੰ ਕਹਿ ਰਹੇ ਹੋ ਨਾ ਵੀ ਦੁਨੀਆ ਦੇ ਲੋਕੋ ਜੰਗਲ ਚ ਕਾਦੇ ਲਈ ਭਟਕਦੇ ਹੋ ਉਹ ਫਰੀਦ ਜੰਗਲ ਚ ਜਾ ਕੇ ਸੋਤੇ ਹੋਣ ਸਾਧ ਸੰਗਤ ਅੱਛਾ ਦੂਜੇ ਬੰ ਇਹ ਇਹ ਚੀਜ਼ ਕਲੀਅਰ ਹੋ ਗਈ ਵੀ ਫਰੀਦ ਸਾਹਿਬ ਜਿਹੜੇ ਜੰਗਲ ਦੇ ਵਿੱਚ ਪੀ ਤਪੱਸਿਆ ਹੈ ਜਿਹੜਾ ਤਪ ਕਰਨਾ ਸਰੀਰ ਨੂੰ ਉਲਟੇ ਤਪ ਲੜਕ ਲੜਕ ਕੇ ਉਹਦੀ ਵਿਰੋਧਤਾ ਕਰਦੇ ਸੀ ਅੱਛਾ ਦੂਜੇ ਨੰਬਰ ਜੇ ਮੰਨ ਲਓ ਵੀ ਇਹ ਫੋਟੋ ਘਾਦੀ ਹੈ ਇਹਦਾ ਮਤਲਬ ਫਿਰ ਫੋਟੋ ਜੰਗਲ ਦੀ ਵੀ ਨਹੀਂ ਹੈਗੀ ਜੰਗਲ ਦੇ ਵਿੱਚ ਵੀ ਫਰੀ ਸਾਹਿਬ ਨੂੰ ਕਾਗਰ ਨਹੀਂ ਖਾਦਾ ਜੇ ਘਰ ਦੀ ਏ ਤੇ ਤੁਸੀਂ ਆਮ ਨੋਟ ਕਰਿਓ ਜਿੱਦਨ ਸਾਡੇ ਆ ਕਿਸਾਨ ਭਰਾਵਾਂ ਨੂੰ ਪਤਾ ਹੈ ਫਸਲ ਜਦੋਂ ਪੱਕਦੀ ਨਾ ਤੇ ਉਹਨੂੰ ਕਾਗਾ ਚਿੜੀਆਂ ਦੇ ਕੋਲੋਂ ਬਚਾਉਣ ਵਾਸਤੇ ਕੀ ਹੁੰਦਾ ਵੀ ਲੱਕੜ ਦੇ ਉੱਤੇ ਨਾ ਆ ਲੱਕੜ ਕਰਾਸ ਜੀ ਬਣਾ ਕੇ ਉਹ ਚ ਇੱਕ ਕਪੜਾ ਪਾ ਕੇ ਖੇਤ 'ਚ ਖੜਾ ਕੀਤਾ ਜਾਂਦਾ ਉਹਨੂੰ ਡਰਨਾ ਕਹਿੰਦੇ ਨੇ ਬਾਣੀ ਦੇ ਵਿੱਚ ਉਹਦਾ ਜਿਕਰਾ ਆ ਜਿਉਂ ਡਰਨਾ ਖੇਤ ਮੰਡਰਾਇਆ ਅੱਛਾ ਉਹ ਇੱਕ ਆਰਟੀਫੀਸ਼ੀਅਲ ਬੰਦਾ ਹੁੰਦਾ ਬੰਦਾ ਨਹੀਂ ਹੁੰਦਾ ਕੇਵਲ ਕਪੜੇ ਪਾਏ ਹੋਏ ਤੇ ਸੋਖੇ ਸੋਖੇ ਤੇ ਕਾਗ ਡਰਦਾ ਡਰਦਾ ਤੇ ਲੱਗੇ ਨਹੀਂ ਜਾਂਦਾ ਤੇ ਬਾਬਾ ਫਰੀਦ ਸਾਹਿਬ ਜਿਉਂਦੇ ਜਾਗਦੇ ਕੋ ਪੇ ਹੁਣ ਧਰਤੀ ਤੇ ਤੇ ਕਾਗ ਠੂੰਗਾ ਮਾਰ ਰਿਹਾ ਹੋਵੇ ਤੇ ਉਹਨਾਂ ਦਾ ਪਰਿਵਾਰ ਕਿੱਥੇ ਸੀ ਜਦੋਂ ਕਾਗ ਠੂੰਗਾ ਮਾਰ ਰਿਹਾ ਸੀ ਜੰਗਲ ਦੇ ਵਿੱਚ ਦੀ ਉਹਦੀ ਵਿਰੋਧਤਾ ਤੇ ਪਰਿਵਾਰਾਂ ਦੇ ਵਿੱਚ ਜਦੋਂ ਕਾਗ ਠੂੰਗ ਰਿਹਾ ਸੀ ਉਸ ਦਿਨ ਫਰੀਦ ਸਾਹਿਬ ਕਿੱਥੇ ਸੀ ਅੱਛਾ ਤੀਜਾ ਗੁਰਬਾਣੀ ਵਿੱਚ ਮਾਰੇ ਕਹਿੰਦੇ ਗਿਆਨੀ ਹੋਏ ਚਤਨ ਹੋਏ ਵੀ ਜਦੋਂ ਗਿਆਨ ਨਾ ਉਹ ਬੜਾ ਚਤਨ ਆ ਬੜਾ ਸੂਝ ਬਣ ਸਮਝਦਾ ਇਹਦਾ ਮਤਲਬ ਬਾਬੇ ਫਰੀਦ ਸਾਹਿਬ ਦੀ ਸ਼ਖਸੀਅਤ ਦੇ ਨਾਲ ਖਿਲਵਾੜ ਨਹੀਂ ਬਈ ਉਹਨੂੰ ਇੰਨਾ ਅਸੀਂ ਢਿੱਲੜ ਬਣਾਤਾ ਵੀ ਉਹਦੇ ਕਾਗ ਠੂੰਗਾ ਮਾਰੀ ਜਾ ਰਿਹਾ ਤੇ ਬਾਬਾ ਫਰੀਦ ਸਾਹਿਬ ਕਾਗ ਉਡਾਉਣ ਤੋਂ ਵੀ ਸਮਰਥ ਦਰਅਸਲ ਬਾਣੀ ਵਿੱਚ ਜਿਹੜੇ ਤਿੰਨੇ ਸ਼ਲੋਕ ਆਏ ਨੇ ਸਾਸ ਸੰਗਤ ਇਹਦੇ ਤੁਸੀਂ ਧਿਆਨ ਨਾਲ ਵੇਖਿਓ ਜਦੋਂ ਪ੍ਰੋਫੈਸਰ ਸ਼ਾਹਬ ਸਿੰਘ ਨੇ ਦੇ ਅਰਥ ਕੀਤੇ ਨਾ ਉਹਨੇ ਅਰਥ ਕੀ ਕੀਤੇ ਨੇ ਹੁਣ ਜਿਹੜਾ ਪਹਿਲਾ ਸ਼ਲੋਕ ਸੀ ਇਹਦੇ ਵਿੱਚ ਕਾਗਾ ਚੂੰਡ ਨਾ ਪਿੰਜਰਾ ਆ ਸਭ ਤੋਂ ਪਹਿਲਾ ਸ਼ਲੋਕ ਜਿਹੜਾ ਸੀ ਉਹ ਸੀ ਬਾਬੇ ਫਰੀਦ ਸਾਹਿਬ ਦਾ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾ ਉੱਥੇ ਜਿਹੜਾ ਕਾਗ ਲਾ ਵਜਾਇਆ ਨਾ ਕਾ ਕਾਲਾ ਕਾ ਨਹੀਂ ਆਇਗਾ ਕਾਲਾ ਕਾ ਉਥੇ ਕਾਗ ਵਿਸ਼ੇ ਵਪਾਰ ਉਹ ਕਾਗ ਹੈ ਜਿਹੜਾ ਮੋਹ ਰੂਪੀ ਤ੍ਰਿਸ਼ਨਾ ਰੂਪੀ ਹੰਕਾਰ ਰੂਪੀ ساری ਜ਼ਿੰਦਗੀ ਬੰਦੇ ਨੂੰ ਖੁੰਡਦਾ ساری ਜ਼ਿੰਦਗੀ ਉਹਨੂੰ ਠੁੰਗਾ ਮਾਰਦਾ ਹੈ ਉਹਨੂੰ ਚੰਗੇ ਪਾਸੇ ਲੱਗਣ ਨਹੀਂ ਦਿੰਦਾ ਉਹਨੂੰ ਬਾਣੀ ਨਹੀਂ ਪੜਨ ਦਿੰਦਾ ਹੈ ਨਾ ਤ੍ਰਿਸ਼ਨਾ ਹੰਕਾਰ ਰੂਪੀ ਕਾਗ ਮੋਹ ਰੂਪੀ ਦੁਨਿਆਵੀ ਵਿਸ਼ੇ ਵਕਾਰਾਂ ਰੂਪੀ ਕਾਗ ਦਾ ਜੇਕਰ ਇਹ ਪ੍ਰਚੰਤ ਸਾਹਿਬ ਸਿੰਘ ਨੇ ਅਰਥ ਕੀਤੇ ਉਥੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਤਨ ਸੁੱਕਾ ਪਿੰਜਰ ਥੀ ਕਹਿੰਦੇ ਵੀ ਸਾਰੀ ਜ਼ਿੰਦਗੀ ਤੇ ਇਹ ਵਿਕਾਰ ਮੇਰੇ ਪਿੱਛੇ ਹੀ ਹੰਕਾਰ ਮੇਰੇ ਸ਼ਿਖਰ ਤੇ ਚੜਦਾ ਰਿਹਾ ਮਉ ਮੇਰੇ ਸ਼ਿਖਰ ਤੇ ਰਿਹਾ ਪਰ ਇਥੋਂ ਤੱਕ ਮੈਂ ਹੈਰਾਨ ਆ ਵੀ ਹੁਣ ਤੇ ਮੇਰਾ ਸਰੀਰ ਬੁੜਾਪੇ ਦੀ ਨਿਸ਼ਾਨੀ ਹੈ ਸੁੱਕ ਗਿਆ ਪਿੰਜਰਾ ਬਣ ਕੇ ਅਜੇ ਵੀ ਇਹ ਕਾਗ ਮੇਰਾ ਅਜੇ ਵੀ ਮੇਰਾ ਮਨ ਜਿਹੜਾ ਹੈ ਨਾ ਗੁਰੂ ਦਰਬਾਰ ਚ ਬੈਠਦਾ ਤੇ ਅਜੇ ਵੀ ਤ੍ਰਿਸ਼ਨਾ ਲੂ ਹੈ ਅਜੇ ਵੀ ਈਰਖਾ ਮੇਰੇ ਮਨ ਚ ਉਦਾ ਫਰੀਦਾ ਤਨ ਸੁੱਕਾ ਪਿੰਜਰ ਥੀ ਆ ਹਡੀਆਂ ਦੀ ਮੁੱਠ ਬਣ ਗਿਆ ਪਰ ਤਲੀਆਂ ਖੁੰਡਾਂ ਕਾ ਅਜੇ ਵੀ ਵਿਸ਼ੇਪ ਕਾਰਨ ਮੇਰਾ ਖੜਾ ਨਹੀਂ ਛੁੱਟਿਆ ਅਜੇ ਨਾ ਰੱਬ ਬੋੜਿਓ ਬੋੜਿਓ ਕੀ ਹੁੰਦਾ ਖੁਸ਼ ਹੋ ਜਾਣਾ ਇਹਦਾ ਮਤਲਬ குரு ਅਜੇ ਵੀ ਮੇਰੇ ਤੇ ਖੁਸ਼ ਨਹੀਂ ਹੋਇਆ ਦੇਖ ਬੰਦੇ ਕੇ ਭਾਗ ਕਿਦਾਂ ਦੇ ਭਾਗ ਨੇ ਵੀ ਜੀਵਨ ਦਾ ਅੰਤ ਸਮਾ ਆ ਗਿਆ ਮੌਤ ਲੱਗੇ ਆ ਗਈ ਤੇ ਜਿਹੜੇ ਮਾੜੇ ਅਫਗਨ ساری ਜ਼ਿੰਦਗੀ ਕਰਦਾ ਰਹੇ ਜਵਾਨੀ ਦੇ ਵਿੱਚ ਬੰਦਾ ਸਰੀਰ ਦੇ ਨਾਲ ਅਗਨ ਕਰਦਾ ਤੇ ਬੁਢਾਪੇ ਦੇ ਵਿੱਚ ਸੁਰਤ ਨਾਲ ਕਰਦਾ ਜਦੋਂ ਸਰੀਰ ਨਾਲ ਨਾ ਉਦੋਂ ਸੁਰਤ ਨਾਲ ਹੁੰਦਾ ਇਹ ਤਿੰਨੇ ਸ਼ਲੋਕਾਂ ਦੇ ਵਿੱਚ ਫਰੀਦ ਸਾਹਿਬ ਪਹਿਲੇ ਸ਼ਲੋਕ ਦੇ ਵਿੱਚ ਇਹ ਆ ਸਰੀਰ ਦੀ ਅਵਸਥਾ ਦੱਸਦੇ ਬੇਫਰੀਦਾ ਤਨ ਸੁੱਕਾ ਪਿੰਜਰ ਥੀ ਆ ਤਲੀਆਂ ਕੰਦੇ ਕਾਗ ਅਜਿਸੋ ਰੱਬ ਨਾ ਬੋੜੇ ਉਦੀਖ ਬੰਦੇ ਕੇ ਭਾਗ ਤੇ ਦੂਜੇ ਸ਼ਲੋਕ ਦੇ ਵਿੱਚ ਫਰੀਦ ਸਾਹਿਬ ਜਿਹੜੇ ਨੇ ਇਹੀ ਐਗਜ਼ੈਂਪਲ ਦਿੰਦੇ ਨੇ ਕਹਿੰਦੇ ਨੇ ਕਾਗਾ ਕਰੰਗ ਟੰਡੋਲਿਆ ਛਗਲਾ ਖਾਇਆ ਮਾਸ ਕਹਿੰਦੇ ਵਿਸ਼ੇ ਵਿਕਾਰ ਰੂਪੀ ਕਾਕ ساری ਜ਼ਿੰਦਗੀ ਤੇ ਮੈਨੂੰ ਤੂੰ ਚੁੰਡਾ ਮਾਰਦਾ ਰਿਹਾ ਲਾ ਲਾ ਕੇ ਮੰਨ ਲਓ ਮਾਸ ਖਾ ਲਿਆ ਮੇਰਾ ਸਰੀਰ ਹੀ ਇਦਾਂ ਦਾ ਬਣਾਤਾ ਤੇ ਇਹ ਦੋ ਨੈਨਾ ਮੱਤ ਛੂਇ ਪਰ ਦੇਖਣ ਕੀ ਆਸ ਹੁਣ ਕਿਰਪਾ ਕਰ ਮੇਰੇ ਤੇ ਇੱਕ ਰਹਿਮ ਕਰ ਵਿਸ਼ੇ ਵਪਾਰੀ ਰੂਪੀ ਕਾਗ ਬਾਕੀ ਤੇ ਚੁੰਡ ਚੁੰਡ ਕੇ ਸਾਰਾ ਸਰੀਰ ਨਕਾਰਾ ਕਰਤਾ ਇਹਨਾਂ ਅੱਖਾਂ ਤੇ ਤੇ ਤਰਸ ਕਰਦੇ ਵੀ ਇਹਨਾਂ ਨੂੰ ਪਰਾਇਆ ਰੂਪ ਦੇਖਣ ਤੋਂ ਬਚ ਜਾਣ ਇਹ ਮਾੜਾ ਦੇਖਣ ਤੋਂ ਬਚ ਜਾਣ ਜਿਹੜਾ ਜਿਹੜਾ ਅੱਖਾਂ ਸਾਡੀਆਂ ਵੇਖਦੀਆਂ ਨੇ ਅੱਖੀਂ ਦੇਖਣਾ ਰੱਜੀਆਂ ਬਹੁਤ ਰੰਗ ਤਮਾਸ਼ੀ ਜਿਹੜੀ ਇਹਨਾਂ ਨੂੰ ਨੀਂਦਰ ਚੜੀ ਐ ਨੈਣੀ ਨੀਰ ਪਰ ਦ੍ਰਿਸ਼ਟ ਬੇਕਾਰ ਕਟੋ-ਕਟੇ ਨਾ ਅੱਖਾਂ ਤੇ ਤੇ ਕਿਰਪਾ ਕਰਦੇ ਵੀ ਅੱਖਾਂ ਚੰਗਾ ਦੇਖਣਾ ਸ਼ੁਰੂ ਕਰ ਦੇਣ ਇਹਨੂੰ ਭਾਈ ਗੁਰਦਾਸ ਅਨੁਸਾਰ ਦੇਖ ਪਰਾਈਆਂ ਚੰਗੀਆਂ ਜਦੋਂ ਪ੍ਰਾਈ ਕਿਸੇ ਔਰਤ ਨੂੰ ਵੇਖ ਕੇ ਮਾਵਾਂ ਭੈਣਾਂ ਧੀਆਂ ਜਾਣਾਂ ਉਹਦੇ ਵਿੱਚ ਆਪਣੀ ਮਾਂ ਆਪਣੀ ਭੈਣ ਆਪਣੀ ਧੀ ਨਜ਼ਰ ਆਏ ਕਟੋ-ਕਟ ਅੱਖਾਂ ਤੇ ਇਹਨਾਂ ਦੋਵਾਂ ਅੱਖਾਂ ਤੇ ਤਰਸ ਕਰ ਬਾਕੀ ਸਰੀਰ ਗਿਆ ਔਰ ਅਖੀਰਲੇ ਸੋਚ ਕਹਿੰਦੇ ਨੇ ਫਿਰ ਤਾਂ ਕਾਗਾ ਚੂਂਡ ਨਾ ਪਿੰਜਰਾ ਬਸੈ ਤਾਂ ਉਡਰ ਜਾਏ ਇਕ ਕਾਗ ਵਿਸ਼ੇ ਪਾਰੀ ਰੂਪ ਜੇ ਤੇਰੇ ਬਾਸਜ ਤੇ ਹੁਣ ਮੇਰਾ ਖੜਾ ਛੜ ਵੀ ਮੌਤ ਦੇ ਦਰਵਾਜੇ ਤੇ ਬੈਠਾਂ ਤੇ ਅਜੇ ਵੀ ਤੂੰ ਮੇਰੇ ਨਾਲ ਹੈ ਹੁਣ ਮੇਰੇ ਤੇ ਕਿਰਪਾ ਕਰ ਵਸੈ ਤ ਡਰ ਜਾਏ ਜਿਤ ਪਿੰਜਰ ਮੇਰਾ ਸੋਬਸ ਹੈ ਜਿਸ ਸਰੀਰ ਦੇ ਵਿੱਚ ਰੱਬ ਰੱਬ ਕਿੱਥੇ ਹੈ ਮਹਾਰਾਜ ਕਹਿੰਦਾ ਨਾ ਸਭ ਘਟ ਰਾਮ ਬੋਲ ਰੱਬ ਕੋ ਬਾਹਰ ਬੈਠਾ ਜਿਤ ਪਿੰਜਰ ਮੇਰਾ ਸੋਬਸ ਹੈ ਇਸੇ ਸਰੀਰ ਚ ਮੇਰਾ ਰੱਬ ਵਸਿਆ ਹੋਇਆ ਹੈ ਕਿਰਪਾ ਕਰ ਮੇਰੇ ਤੇ ਮੈਨੂੰ ਉਸ ਰੱਬ ਦੇ ਨਾਲ ਮਿਲਾਪ ਕਰਾ ਦੇ ਬਸ ਜਦੋਂ ਵਿਸ਼ੇ ਵਿਕਾਰੀ ਰੂਪੀ ਕਾਗ ਲੰਬੇ ਹੋ ਗਿਆ ਨਾ ਤੇ ਰੱਬ ਲੱਭਣ ਵਾਸਤੇ ਕਿਤੇ ਬਾਹਰ ਜਾਈਦਾ ਰੱਬ ਕਿਤੇ ਬਾਹਰ ਥੋੜਾ ਮਾਰ ਇੱਥੇ ਕਹਿੰਦੇ ਸਭ ਘਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੋਲਾ ਰੇ ਰੱਬ ਤੋਂ ਬਗੈਰ ਕੌਣ ਬੋਲਦਾ ਇਹ ਰੱਬ ਹੀ ਬੋਲ ਰਹੀ ਹੈ ਸਾਰਿਆਂ ਦੇ ਹਿਰਦੇ ਚ ਆਸੀ ਸਾਧ ਸੰਗਤ ਫਰੀਦ ਸਾਹਿਬ ਦਾ ਕਾਗ ਇਹ ਕਾਲਾ ਕਾਗ ਨਹੀਂ ਫਰੀਦ ਸਾਹਿਬ ਨੂੰ ਖਾਉਂਦਾ ਨਾ ਆਪਣੇ ਇਤਿਹਾਸ ਨੂੰ ਅਸੀਂ ਮੜੀਆ ਮੀਟ ਕਰੀਏ ਫਰੀਦ ਸਾਹਿਬ ਦੇ ਕਿਸੇ ਵੀ ਜਨਮ ਦਿਹਾੜੇ ਕਿਸੇ ਵੀ ਉਹਦੇ ਫਰੀਦ ਸਾਹਿਬ ਦੀ ਜਿੰਦਗੀ ਨਾਲ ਸੰਬੰਧਿਤ ਦਿਹਾੜੇ ਨੂੰ ਬਣਾਈਏ ਇਹਨਾਂ ਸ਼ਬਦਾਂ ਦੇ ਅਰਥ ਸਮਾਜ ਨੂੰ ਦੱਸੀ ਔਰ ਇਹ ਅਰਥ ਕਿਤੇ ਮੇਰੇ ਵਰਗੇ ਦੇ ਅਰਥ ਨਹੀਂ ਤੁਸੀਂ ਅੱਜ ਵੀ ਪ੍ਰੋਫੈਸਰ ਸਾਹਿਬ ਸਿੰਘ ਦਾ ਦਰਪਣ Hindu ਪਰਿਵਾਰ ਚੋਂ ਸੀ ਪ੍ਰੋਫੈਸਰ ਸਾਹਿਬ ਸਿੰਘ Hindu ਪਰਿਵਾਰ ਚੋਂ ਨਥੂ ਰਾਮ ਨਾਮ ਸੀ ਪਰ ਕਿਆ ਕਮਾਲ ਦੀ ਖੋਜ ਜਦੋਂ ਕੀਤੀ ਗੁਰਬਾਣੀ ਦੀ ਔਰ ਪੰਥ ਦੇ ਵਿੱਚ ਲੰਬਾ ਸਮਾਂ ਉਹਨਾਂ ਦੇ ਉਸ ਦਰਪਣ ਦੀ ਸਰਦਾਰੀ ਰਹੀ ਹੈ ਔਰ ਸਮੋਹ ਪੰਥ ਜਿਹੜਾ ਉਹ ਪੰਥ ਪ੍ਰਮਾਣਿਤ ਜਿਹੜਾ ਉਹ ਦਰਪਣ ਉਹਦੇ ਵਿੱਚ ਇਹਦੇ ਅਰਥ ਜਿਹੜੇ ਨੇ ਨਾ ਉਹ ਆ ਕੀਤੇ ਹੋਏ